ਜਿੰਨਾ ਇਸ਼ੂਜ਼ ਦੇ ਉੱਤੇ ਅੱਖਾਂ ਮੀਟ ਕੇ ਬਹਿ ਗਈ ਹੈ ਮੌਜੂਦਾ ਸਰਕਾਰ। ਅਸੀਂ ਕਹਿੰਦੇ ਹਾਂ ਜੇ ਤੁਸੀਂ ਕਰਨਾ ਇੰਡੀਪੈਂਡੈਂਟ ਕਰੋ ਅਤੇ ਕਿਸੇ 'ਤੇ ਵੀ ਇਹ ਨਾ ਨਜ਼ਰ ਆਏ ਕਿ ਕੁਝ ਬੰਦੇ ਛੱਡੇ ਜਾ ਰਹੇ। ਬਹੁਤ ਸਾਰੇ ਇਹੋ ਜਿਹੇ ਬੰਦੇ ਹੈ ਨੇ ਜਿਹੜੇ ਭਾਜਪਾ ਚਲੇ ਗਏ। ਮੈਂ ਇਹ ਵੇਖ ਰਿਹਾ ਪੈਰਲਲ ਜਿਹੜੇ ਇਸ ਟਾਈਮ ਪੰਜਾਬ ਦੇ ਹਾਲਾਤ ਨੇ, ਜਿਸ ਤਰ੍ਹਾਂ ਉਦੋਂ ਕੰਮ ਸ਼ੁਰੂ ਹੋਇਆ ਇਸ ਤਰ੍ਹਾਂ ਹੀ ਐਂ ਲੱਗ ਰਿਹਾ ਜਿਸ ਤਰ੍ਹਾਂ ਬਿਲਕੁਲ ਸੇਮ ਟ੍ਰੇਲਰ ਪੇਜ ਤੋਂ ਚੱਲ ਰਿਹਾ। ਚਰਨਜੀਤ ਸਿੰਘ ਚੰਨੀ ਦਾ ਜਵਾਬ ਤਾਂ ਚਰਨਜੀਤ ਸਿੰਘ ਚੰਨੀ ਹੀ ਦੇ ਸਕਦੇ ਜਿਹੜੇ ਉਹਨਾਂ ਦੇ ਲੱਗੇ। ਬਟ ਅੱਜ ਤੁਹਾਡੇ ਸਾਹਮਣੇ ਅਜੇ ਵੀ ਸਰਾਰੀ ਦਾ ਇਸ਼ੂ ਜਿਉਂਦਾ ਜਾਗਦਾ, ਅਜੇ ਤੱਕ ਸਰਾਰੀ 'ਤੇ ਕਿਉਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਇਹਨਾਂ ਦੇ ਇਨਐਕਸਪੀਰੀਅੰਸ ਦੇ ਕਾਰਨ। ਅਤੇ ਜਿਹੜੀਆਂ ਬਾਏ ਪ੍ਰੋਕਸੀ ਚੱਲਦੀਆਂ ਗਵਰਨਮੈਂਟਸ ਰਾਜ ਕਰਨ ਵਾਸਤੇ ਲੋਕਾਂ ਨੇ ਵੋਟਾਂ ਇੱਥੇ ਪਾਈਆਂ, ਚਲਾ ਦਿੱਲੀ ਤੋਂ ਰਹੀਆਂ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਖ ਵੱਖ ਮੁੱਦਿਆਂ 'ਤੇ ਸੂਬਾ ਸਰਕਾਰ ਨੂੰ ਘੇਰਿਆ। ਪੰਜਾਬ ਦੇ ਵਿੱਚ ਵਿਗੜਦੀ ਹੋਈ ਜਿਹੜੀ ਲੋਅ ਐਂਡ ਆਰਡਰ ਦੀ ਸਿਚੁਏਸ਼ਨ, ਉਹਨੂੰ ਵੀ ਸਾਰੇ ਦੇਸ਼ ਦੇ ਵਿੱਚ ਵਿਖਾਉਣ ਦੀ ਲੋੜ ਹੈ। ਕਿਉਂਕਿ ਅਸੀਂ ਜਿਸ ਤਰ੍ਹਾਂ ਮੈਂ ਹੀ ਹਾਂ, 80 ਅਤੇ 90 ਦਾ ਦਹਾਕਾ ਮੈਂ ਪੂਰਾ ਜਵਾਨ ਸੀ ਉਸ ਟਾਈਮ, ਯੂਥ ਕਾਂਗਰਸ ਦਾ ਪ੍ਰਧਾਨ ਸੀ ਪੰਜਾਬ ਦਾ। ਮੇਰੇ ਆਪਣੇ ਸੁਰਗਵਾਸੀ ਪਿਤਾ ਜਿਹੜੇ ਨੇ ਉਸ ਮੂਵਮੈਂਟ ਦੇ ਵਿੱਚ ਦੇਸ਼ ਦੀ ਯੂਨਿਟੀ ਅਤੇ ਇੰਟੈਗ੍ਰਿਟੀ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਮੈਂ ਇਹ ਵੇਖ ਰਿਹਾ ਪੈਰਲਲ ਜਿਹੜੇ ਇਸ ਟਾਈਮ ਪੰਜਾਬ ਦੇ ਹਾਲਾਤ ਨੇ, ਜਿਸ ਤਰ੍ਹਾਂ ਉਦੋਂ ਕੰਮ ਸ਼ੁਰੂ ਹੋਇਆ ਸੀ ਇਸ ਤਰ੍ਹਾਂ ਹੀ ਐਂ ਲੱਗ ਰਿਹਾ ਜਿਸ ਤਰ੍ਹਾਂ ਬਿਲਕੁਲ ਸੇਮ ਟ੍ਰੇਲਰ ਪੇਜ ਤੋਂ ਚੱਲਦੇ ਆ ਪੰਜਾਬ ਦੇ ਹਾਲਾਤ ਵਿਗਾੜਨ ਦਾ। ਜਿੰਨਾ ਚਿਰ ਅਸੀਂ ਲੋਕਾਂ ਨੂੰ ਮੋਬਲਾਈਜ਼ ਨਹੀਂ ਕਰਦੇ, ਜਿੰਨਾ ਚਿਰ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਦਿੰਦੇ, ਹੋ ਸਕਦਾ ਉਸ ਕਿਸਮ ਦੇ ਹਾਲਾਤ ਫਿਰ ਇਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਦੇ ਕੋਲ ਕੋਈ ਸਹੀ ਮਾਇਨੇ ਦੇ ਵਿੱਚ ਕੋਈ ਮੈਂ ਸਮਝਦਾ ਕਿ ਐਕਸਪੀਰੀਅੰਸ ਹੈ ਨਹੀਂ ਇਹਨਾਂ ਦੇ ਇਨਐਕਸਪੀਰੀਅੰਸ ਦੇ ਕਾਰਨ, ਅਤੇ ਜਿਹੜੀਆਂ ਬਾਏ ਪ੍ਰੋਕਸੀ ਚੱਲਦੀਆਂ ਗਵਰਨਮੈਂਟਸ ਨੇ ਰਾਜ ਕਰਨ ਵਾਸਤੇ ਲੋਕਾਂ ਨੇ ਵੋਟਾਂ ਇੱਥੇ ਪਾਈਆਂ, ਚਲਾ ਦਿੱਲੀ ਤੋਂ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਨੂੰ ਜੇ ਉਜਾਗਰ ਕਰਨਾ ਇਸ ਰੈਲੀ ਵਿੱਚ। ਉਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ 'ਤੇ ਵੀ ਆਪਣਾ ਪ੍ਰਤੀਕਰਮ ਦਿੱਤਾ। ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਾਂਗਾ, ਭਗਵੰਤ ਮਾਨ ਜੀ ਜੇ ਤੁਹਾਡੀ ਵਿਜੀਲੈਂਸ ਨੇ ਕੰਮ ਕਰਨਾ ਤਾਂ ਉਹ ਬਿਲਕੁਲ ਇਹਦੇ ਵਿੱਚ ਜਿੰਨੇ ਵੀ ਬੰਦੇ ਇਨਵੋਲਵ ਨੇ ਭਾਵੇਂ ਤੁਹਾਡੀ ਪਾਰਟੀ ਦਾ। ਜੇ ਮੈਂ ਪੁੱਛਣਾ ਚਾਹੁੰਦਾ ਚਰਨਜੀਤ ਸਿੰਘ ਚੰਨੀ ਦਾ ਜਵਾਬ ਤਾਂ ਚਰਨਜੀਤ ਸਿੰਘ ਚੰਨੀ ਹੀ ਦੇ ਸਕਦੇ ਨੇ ਜਿਹੜੇ ਉਹਨਾਂ ਦੇ ਲੱਗ। ਬਟ ਅੱਜ ਤੁਹਾਡੇ ਸਾਹਮਣੇ ਅਜੇ ਵੀ ਸਰਾਰੀ ਦਾ ਇਸ਼ੂ ਜਿਉਂਦਾ ਜਾਗਦਾ, ਅਜੇ ਤੱਕ ਸਰਾਰੀ 'ਤੇ ਕਿਉਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਤੁਸੀਂ ਵੇਖੋ ਕਿੰਨੇ ਸਾਰੇ ਇਸ ਕਿਸਮ ਦੇ ਇਸ਼ੂਜ਼ ਨੇ ਜਿਨ੍ਹਾਂ ਇਸ਼ੂਜ਼ ਦੇ ਉੱਤੇ ਅੱਖਾਂ ਹੀ ਮੀਟ ਕੇ ਬਹਿ ਗਈ ਹੈ ਮੌਜੂਦਾ ਸਰਕਾਰ। ਅਸੀਂ ਕਹਿੰਦੇ ਹਾਂ ਜੇ ਤੁਸੀਂ ਕਰਨਾ ਇੰਡੀਪੈਂਡੈਂਟ ਕਰੋ ਅਤੇ ਕਿਸੇ 'ਤੇ ਵੀ ਇਹ ਨਾ ਨਜ਼ਰ ਆਏ ਕਿ ਕੁਝ ਬੰਦੇ ਛੱਡੇ ਜਾ ਰਹੇ ਨੇ। ਬਹੁਤ ਸਾਰੇ ਇਹੋ ਜਿਹੇ ਬੰਦੇ ਹੈ ਨੇ ਜਿਹੜੇ ਭਾਜਪਾ ਚਲੇ ਗਏ ਨੇ, ਉਹਨਾਂ ਦਾ ਦੱਸਿਆ ਜਾਏ ਕਿ ਅਜੇ ਤੱਕ ਉਹਨਾਂ 'ਤੇ ਕਿਉਂ ਨਹੀਂ ਐਕਸ਼ਨ ਕੀਤਾ ਗਿਆ ਜੀ। ਜਾਂ ਤਾਂ ਸਾਰਿਆਂ 'ਤੇ ਤੁਹਾਨੂੰ ਇਹ ਨਜ਼ਰ ਆਉਣਾ ਚਾਹੀਦਾ ਕਿ ਇੰਡੀਪੈਂਡੈਂਟ ਗਵਰਨਮੈਂਟ ਇੰਡੀਪੈਂਡੈਂਟਲੀ ਚੱਲ ਰਹੀ, ਇਹ ਨਜ਼ਰ ਆ ਰਿਹਾ ਕਿ ਇਹ ਪਿਕ ਐਂਡ ਚੂਜ਼ ਕਰ ਰਹੀ, ਪਿਕ ਐਂਡ ਚੂਜ਼ ਪਾਲਿਸੀ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰ ਰਿਹਾ। ਦੱਸਦੇ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਰਖੀਆਂ 'ਚ ਨੇ। ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਵਿਜੀਲੈਂਸ ਨੇ ਜਾਂਚ ਵੀ ਆਰੰਭ ਦਿੱਤੀ ਹੈ। ਚੰਡੀਗੜ੍ਹ ਤੋਂ ਬਿੰਦੂ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।